ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੂਵੀ ਦੇ ਲਈ, ਟ੍ਰੇਲਰ ਦੇ ਲਈ, ਗਾਣਿਆਂ ਦੇ ਲਈ ਐਜ਼ ਵੈਲ ਹਾਲ ਹੀ 'ਚ ਰਿਲੀਜ਼ ਹੋਇਆ ਹਾਏ ਬੂ, ਵਟ ਅ ਸੌਂਗ, ਸੱਚੀ ਬਹੁਤ ਪਿਆਰਾ ਹੈ। ਸਾਨੂੰ ਪਤਾ ਆਪਾਂ ਬਿਨਾਂ ਗਾਣੇ ਦੇ ਕਰ ਸਕਦੇ ਹਾਂ। ਤੁਸੀਂ ਕਿਹਾ ਸੀਗਾ ਕਿ ਜਦੋਂ ਤੁਹਾਡੀ ਕਿਸਮਤ ਮੂਵੀ ਸ਼ੂਟ ਹੋ ਰਹੀ ਸੀਗੀ ਅਤੇ ਵੀ ਰਵੀ ਨਾ ਮੈਨੂੰ ਪੁੱਛਦੇ ਹੁੰਦੇ ਸੀ ਕਿ ਬਾਣੀ ਮਰੂਗੀ ਤਾਂ ਨਹੀਂ, ਬਾਣੀ ਨਾਲ ਕੀ ਹੋਏਗਾ, ਮੈਨੂੰ ਦੱਸ ਆ ਨਾ ਕਾਇੰਡ ਆਫ। ਤੁਸੀਂ ਕਹਿੰਦੇ ਸੀ ਨਹੀਂ 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 ਨਹੀਂ, ਬਾਣੀ ਦੀ ਆਫਟਰ ਲਾਈਫ, ਬਾਣੀ ਨੂੰ ਮਰਦੇ ਹੋਏ ਪਿਆਰ ਨਹੀਂ ਮਿਲਿਆ ਨਾ ਕਿਸਮਤ 'ਚ, ਤਾਂ ਹੁਣ ਉਹ ਚੁੜੈਲ ਬਣ ਕੇ ਭਟਕ ਰਹੀ ਆ। ਤਾਂ ਅੱਗੇ ਵੀ ਤਾਂ ਜਾਣਾ, ਦੋਨੋਂ ਵਾਰੀ ਮਰ ਗਈ, ਕਿਸਮਤ 1 'ਚ ਵੀ, ਕਿਸਮਤ 2 'ਚ ਵੀ, ਦੋਨੋਂ ਵਾਰੀ ਪਿਆਰ ਨਹੀਂ ਮਿਲਿਆ, ਮੋਹ 'ਚ ਵੀ ਨਹੀਂ ਮਿਲਿਆ, ਪਤਾ ਨਹੀਂ ਕੋਈ ਦੇ ਨਾਗਿਨ ਕਰਦੇ ਦੇਖਿਆ ਨਾ, ਤਾਂ ਉਹਦੇ ਇਲਾਵਾ ਕੋਈ ਆਉਂਦਾ ਹੀ ਨਹੀਂ ਹੁਣ ਦਿਮਾਗ 'ਚ, ਸੱਪ ਦੇਖਦੀ ਲੱਗਦਾ ਮੋਨੀ ਆਈ। ਪੈਸੇ ਪੈਸੇ ਮੈਂ ਤੇ ਮੇਰੇ ਇਲਾਵਾ ਜੇ ਮੈਨੂੰ ਹੁਣ ਕੋਈ ਯਾਦ ਆਉਂਦਾ ਤਾਂ ਅੰਬਾਨੀ, ਮੈਂ ਉਹਨਾਂ ਦੇ ਵਿਆਹ ਦੇਖ ਦੇਖ ਕੇ, ਪੈਸਿਆਂ ਦੀ ਬੁਛਾਰ ਦੇਖ ਦੇਖ ਕੇ ਥੱਕ ਚੁੱਕੀ ਹਾਂ। ਹੈਲੋ, ਹਾਏ ਜੀ, ਨਮਸਤੇ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਕਿੱਦਾਂ .com, ਕਿਵੇਂ ਸਾਰੇ ਜਾਣੇ? ਸਾਰਾ ਦੇਖ ਲਿਆ ਹੁਣ ਸੈਟਅਪ ਤੁਸੀਂ, ਹੈ ਨਾ, ਬੜਾ ਕਮਾਲ ਦਾ ਆ, ਪਰ ਇੱਕ ਚੀਜ਼ ਡਿਫਰੈਂਟ ਹੋਣ ਵਾਲੀ ਆ। ਤੁਸੀਂ ਅਕਸਰ ਕਹਾਣੀਆਂ ਦੇ ਵਿੱਚ, ਬਾਤਾਂ ਦੇ ਵਿੱਚ, ਬੁਝਾਰਤਾਂ ਦੇ ਵਿੱਚ ਚੁੜੇਲਾਂ ਦੀਆਂ ਕਹਾਣੀਆਂ ਸੁਣੀਆਂ ਹੋਣੀਆਂ, ਹੈ ਨਾ, ਮੈਂ ਵੀ ਸੁਣੀਆਂ, ਮੇਰੀ ਦਾਦੀ ਨੇ ਵੀ ਮੈਨੂੰ ਸੁਣਾਈਆਂ, ਪਰ ਉਦੋਂ ਇੱਦਾਂ ਲੱਗਦਾ ਸੀ ਕਿ ਉਹ ਕਿਵੇਂ ਦੀ ਹੋਏਗੀ, ਬੜੀ ਗੰਦੀ ਜੀ ਹੋਣੀ ਆ। ਪਰ ਹੁਣ ਜਿਹੜੀਆਂ ਚੁੜੇਲਾਂ ਦੇ ਨਾਮ ਮੈਂ ਤੁਹਾਨੂੰ ਮਿਲਾਉਣ ਲੱਗੀ ਹਾਂ ਨਾ, ਚੁੜੇਲ ਆ ਜਾਂ ਚੁੜੇਲਾਂ ਆ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ, ਪਰ ਉਹ ਬਾਬਾ ਜੀ ਬਹੁਤ ਸੋਹਣੀਆਂ ਨੇ, ਸੱਚੀ ਨਹੀਂ ਯਕੀਨ ਆ ਰਿਹਾ, ਤੁਸੀਂ ਆਪ ਹੀ ਮਿਲੋ ਜੀ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਜੀ, ਮੈਂ ਕੁਝ ਝੂਠ ਤਾਂ ਨਹੀਂ ਬੋਲਿਆ? ਨਹੀਂ ਜੀ, ਮੈਂ ਤਾਂ ਮਹੀਨੇ 'ਚ 90-90 ਦਿਲ ਤੋੜਦੀ। ਕਿਹਨੇ ਕਿਹਨੇ ਚਾਹੀਦੀ ਇੱਦਾਂ ਦੀ ਚੜੇਲ ਫਿਰ? ਬਿਲਕੁਲ ਜੀ, ਸਾਡਾ ਤਾਂ ਕੰਮ ਹੀ ਆਇਆ ਕਿ ਲੋਕਾਂ ਨੂੰ ਮੋਹ 'ਚ ਕਰ ਲੈਣਾ ਆਪਦੇ, ਅਤੇ ਉਹ ਸਾਡੇ ਪਿਆਰ 'ਚ ਰਹਿ ਜਾਣ, ਸੋ ਉਹਦੇ ਲਈ ਸਾਨੂੰ ਸੋਹਣਾ ਦੇਖਣਾ ਜ਼ਰੂਰੀ ਆ ਜੀ। ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੂਵੀ ਦੇ ਲਈ, ਟ੍ਰੇਲਰ ਦੇ ਲਈ, ਗਾਣਿਆਂ ਦੇ ਲਈ, ਐਜ਼ ਵੈਲ ਹਾਲ ਹੀ 'ਚ ਰਿਲੀਜ਼ ਹੋਇਆ ਹਾਏ ਬੂ, ਵਟ ਅ ਸੌਂਗ, ਸੱਚੀ ਬਹੁਤ ਪਿਆਰਾ ਹੈ। ਸਾਨੂੰ ਪਤਾ ਆਪਾਂ ਬਿਨਾਂ ਗਾਣੇ ਦੇ ਕਰ ਸਕਦੇ ਹਾਂ, ਹਾਲੀ ਚ ਰੀਲ ਤੁਸੀਂ ਪਾਈ ਸੀ, ਨੀਂਦ ਚ ਵੀ ਕਰ ਸਕਦੇ ਹਾਂ, ਇੰਨੇ ਸਟੈਪ ਹੀ ਆ ਰਿਹਾ। ਹਾਏ ਰੱਬਾ, ਅਸੀਂ ਇੰਨੀ ਵਾਰੀ ਕੀਤਾ, ਹੁਣ ਇੰਨੀ ਵਾਰੀ ਰਿਹਰਸ ਵੀ ਕਰ ਲਿਆ, ਮੈਨੂੰ ਲੱਗਦਾ ਸਾਨੂੰ ਇੱਕ ਸੁਣਦੇ ਹੋਏ ਵੀ ਸਾਡਾ ਹੋਊਗਾ, ਰਾਤ ਨੂੰ ਅਸੀਂ ਰੱਖ ਲਈਏ ਕੈਮਰਾ ਉੱਤੇ, ਤਾਂ ਰੀਲ ਬਣਾ ਲਓ ਇੱਕ, ਚੱਲੋ। ਸੱਚੀ ਗੱਲ ਹੈ, ਵੈਸੇ ਕਰ ਲੈਣੀ ਚਾਹੀਦੀ, ਹੁਣ ਤੁਸੀਂ ਆਈਡੀਆ ਦੇ ਦਿੱਤਾ, ਹੁਣ ਬਾਹਰ ਨਾ ਦੇਓ ਜਦ ਤੱਕ ਆਪਾਂ ਬਾਹਰ ਨਾ ਦੇਈਏ, ਇਹ ਸਿਰਫ ਸਪੈਸ਼ਲ ਇਹ ਦੇ ਦਈ ਆ। ਅੱਛਾ, ਕੁਝ ਸਵਾਲ ਨੇ, ਲਾਈਕ ਨੋਰਮਲ ਰੱਖਾਂਗੇ, ਬਾਹਲੇ ਵੱਡੇ ਸਵਾਲ ਨਹੀਂ ਆ। ਇੱਕ ਆਪਣੇ ਜੋ ਆਏ ਨਹੀਂ ਹਜੇ, ਥੋੜ੍ਹੇ ਜਿਹੇ ਲੇਟ ਹੋ ਗਏ ਸਰ, ਬਟ ਚਲੋ ਕੋਈ ਗੱਲ ਨਹੀਂ, ਦੋ ਸੋਹਣੀਆਂ ਲੇਟ ਨਹੀਂ ਆ, ਉਹ ਵਿਚਾਰਿਆਂ ਨੂੰ ਅਸੀਂ ਛੱਡਿਆ ਹੀ ਰਾਤ ਨੂੰ 2 ਵਜੇ ਸਾਰੀ ਪ੍ਰਮੋਸ਼ਨਾਂ ਕਰਾ ਕੇ। ਅੱਛਾ, ਥੱਕ ਜਾਂਦੇ ਆ ਨਾ, ਬਟ ਤੁਸੀਂ ਨਹੀਂ ਥੱਕੇ ਬਈ? ਨਹੀਂ, ਅਸੀਂ ਵੀ ਥੱਕ ਗਿਆ, ਬਟ ਉਹਨਾਂ ਨੂੰ ਅਸੀਂ ਲਾਸਟ ਮਿੰਟ ਇੱਕ ਪੈਕਿੰਗ ਲਈ ਗਿਆ ਜਿਹੜੀ ਉਹਨਾਂ ਨੂੰ ਪਤਾ ਨਹੀਂ ਸੀ। ਓਕੇ ਓਕੇ ਓਕੇ, ਠੀਕ ਹੈ ਜੀ, ਠੀਕ ਹੈ। ਰੂਪੀ ਮੈਮ, ਸਭ ਤੋਂ ਪਹਿਲਾ ਸਵਾਲ ਤੁਹਾਨੂੰ ਹੈ ਕਿ ਤੁਸੀਂ ਨਾ ਅੱਜ ਤੋਂ 4 ਤੋਂ 5 ਸਾਲ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਜੀ ਕਿ ਮੈਂ ਕੰਮ ਕਰਨਾ ਚਾਹੁੰਦੀ ਹਾਂ, ਵੀ ਕਿਹੜੇ ਕਿਹੜੇ ਆਰਟਿਸਟ, ਡਰ ਗਏ ਵੀ ਮੈਂ ਕੀ ਕਹਿਤਾ ਹੋ ਜਾ, ਹੈ ਨਾ, ਪਤਾ ਨਹੀਂ ਹੁਣ ਕੀ ਕਹਿਤਾ ਹੋਣਾ। ਤੁਸੀਂ ਬਟ ਜ਼ਿਆਦਾ ਬੋਲਦੇ ਨਹੀਂ, ਬਹੁਤ ਘੱਟ ਬੋਲਦੇ ਹੋ ਜੀ, ਹੈ ਨਾ, ਸੋ ਬਟ ਕੀ ਬੋਲੇ ਸੀ ਮੈਂ ਤੁਹਾਨੂੰ ਯਾਦ ਕਰਵਾ ਦਿੰਦੀ ਹਾਂ। ਤੁਸੀਂ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਆਈ ਵਾਂਟ ਟੂ ਵਰਕ ਵਿਦ ਗਿੱਪੀ ਗਰੇਵਾਲ ਜੀ, ਯਾਦ ਹੈ ਨਾ ਤੁਹਾਨੂੰ? ਕੁਝ ਗੱਲਾਂ ਮੈਨੂੰ ਯਾਦ ਹੈ ਜੋ ਮੈਂ ਪੁੱਛਣੀਆਂ ਨੇ। ਰੂਪੀ ਨਾਲ ਕੰਮ ਕਰਨਾ ਚਾਹੁੰਦੇ? ਨਹੀਂ, ਉਹ ਤੇ ਚਲੋ ਬਹੁਤ ਵਧੀਆ ਜੋੜੀ ਆ। ਤੁਸੀਂ ਕਿਹਾ ਸੀਗਾ ਕਿ ਜਦੋਂ ਤੁਹਾਡੀ ਕਿਸਮਤ ਮੂਵੀ ਸ਼ੂਟ ਹੋ ਰਹੀ ਸੀਗੀ ਅਤੇ ਵੀ ਰਵੀ ਨਾ ਮੈਨੂੰ ਪੁੱਛਦੇ ਹੁੰਦੇ ਸੀ ਕਿ ਬਾਣੀ ਮਰੂਗੀ ਤਾਂ ਨਹੀਂ, ਬਾਣੀ ਨਾਲ ਕੀ ਹੋਏਗਾ, ਮੈਨੂੰ ਦੱਸ ਆ ਨਾ ਕਾਇੰਡ ਆਫ। ਤੁਸੀਂ ਕਹਿੰਦੇ ਸੀ ਨਹੀਂ 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 ਨਹੀਂ, ਬਾਣੀ ਦੀ ਆਫਟਰ ਲਾਈਫ, ਬਾਣੀ ਨੂੰ ਮਰਦੇ ਹੋਏ ਪਿਆਰ ਨਹੀਂ ਮਿਲਿਆ ਨਾ ਕਿਸਮਤ 'ਚ, ਤਾਂ ਹੁਣ ਉਹ ਚੁੜੈਲ ਬਣ ਕੇ ਭਟਕ ਰਹੀ ਆ। ਤਾਂ ਮੈਨੂੰ ਉਹ ਫਿਲਮ ਅੱਗੇ ਵਧਾਉਣੀ ਸੀ, ਹੈ ਨਾ, ਅੱਗੇ ਵੀ ਤਾਂ ਜਾਣਾ, ਦੋਨੋਂ ਵਾਰੀ ਮਰ ਗਈ, ਕਿਸਮਤ 1 'ਚ ਵੀ, ਕਿਸਮਤ 2 'ਚ ਵੀ, ਦੋਨੋਂ ਵਾਰੀ ਪਿਆਰ ਨਹੀਂ ਮਿਲਿਆ, ਮੋਹ 'ਚ ਵੀ ਨਹੀਂ ਮਿਲਿਆ, ਪਤਾ ਨਹੀਂ ਕੋਈ ਦੇ ਪਿਆਰ ਬਹੁਤ ਮਿਲਦਾ ਪਿਆ ਤੁਹਾਨੂੰ, ਸੌਂਕਣ 'ਚ ਵੀ ਨਹੀਂ ਮਿਲਿਆ, ਉਹ ਪਾਗਲ ਹੋ ਗਿਆ,
बट इस मूवी दे विच जदों तुहाडे नाल सैट ते हुंदे सी या सैट ते आउंदे सीगे उह कहिंदे सी कि की होऊगा वी सरगुण मैनूं दस किद्दां की होएगा आ सीन किद्दां हुण लाइक एंटी तुहाडे बारे पुछदे हुंदे सीगे एक्चुअली रवि नू मतलब जो काम करता है मैं काम करती हूँ एक दूजे के काम बारे बिल्कुल गल नहीं करते तो उन्होंने बिल्कुल ही नहीं पता कि फिल्म च की हो रहा है। उन्होंने पहली बार ट्रेलर देखा है ना तो उन्होंने कहा यार आ करके आई है। सो उन्होंने ट्रेलर बहुत वधिया लग्या, उन्होंने हाईबू गाना तो बहुत ही वधिया लग्या, उन्होंने लग्या कि पता नहीं की आ, मैं क्या इन्ना की वधिया लग गया तेनू ना, बहुत एनर्जेटिक जहा गाना मैनू बहुत वधिया लग्या। उन्होंने हजे भी फिल्म बारे कुछ नहीं पता तो उन्हें साढ़े नाल ही देखनी है हुण 15 तरीक नू। ठीक है जी, ठीक है। वैसे ऑलरेडी देखी है मूवी कि नहीं? हजे उदो ही देखनी है। मैं तो इन्नी बारी देख ली, मैं हुण आही पुछदी रहनी हाँ थोनू जो कोई मेरे सामने बैठना ना उत्थे एडिट, मैं कहनी हाँ आ वाले सीन च तुसी हसे सी? पिछे एक बंदा बैठा सी है ना वो साडे पोस्टर्स करे, कहिंदा हाँ जी मैम हसिया सी। मैं क्या किवें हसे सी? कि हा 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 यही कहिंदा नहीं मैम मैं पूरा हसिया सी। मैं क्या मतलब किवें दा? कि मतलब मैनू बहुत खुशी हुई, मैनू फनी लग्या कि ठीक ठाक सी पर मैं चलो हस लेना हा हा हा। पता नहीं कहिंदा मैं देखी तो मैं हासा आया, मैं इन्ना पुछना आता किमें फिर तुम्हें की फील किया? कहना हूँ मैं थोड़ा पूरी फिल्म बारे किमें दस सकता मैम? मैं उन्होंने इन्ने सवाल पूछ लिया क्योंकि मैं इम्यून हो गई हाँ, मैं लगता मैं पता है तो फिर मैं लगता नहीं किसी को नहीं पता लगेगा या किसी को हासा नहीं आऊगा क्योंकि मैं इन्नी बारी कर चुकी हूँ। सो इट्स वेरी डिफिकल्ट नाउ। सच्ची मूवी बहुत प्यारी होने वाली आ, कमेंट्स आ रहे हैं बहुत ज़्यादा, बहुत प्यार किया जा रहा थोड़े करैक्टर थोड़े करैक्टर गिप्पी सर हूँ। नीचे ये भी कमेंट आ रहा है कि सानू लगता भी कि सौकन सौकने टू आए, मतलब कि इदा कमेंट्स आ रहे हैं, तुम भी ओबियसली पढ़े होने हैं। सो कि यह उही मूवी है या फिर सानू वो मूवी का सैकेंड पार्ट कदों देखने मिलेगा? सौकन सौकने टू थोनू अगले साल मिलेगी जी, आप शूट शुरू कर रहे हैं इस साल। सो सौकन सौकने टू बहुत अलग आ। एक्चुअली ना वो दो कुड़ियां की फाइट से इतने भी मैं समझ सकती हाँ कि क्यों उन्होंने वो फ्लेवर आ रहा, तो वो थोड़ा बहुत हैगा भी फिल्म च क्योंकि जो भी दो कुड़ियां नाल होंदिया है ना तो गल्ला तो देखो ओनिया ही ने पूरी दुनिया च, बट आप बहुत अलग तरीके नाल दर्शाया इस बारे। उत्थे आप जूंडे पटते सी, इत्थे आप मक्खियां बनाउंदे आ। इत्थे भी तुसी ते एक दूजे दे वाल पट्टे आ फड़े आ है ना, थोड़े जिहे तां पट्टणे पैंदे देखो थोड़े बहुत तां देखो चलदा उन्हां तां नॉर्मली भी आप भैणा कर लैंदी आ जदों घरे हुंदे आ या दोस्त जदों नाल हुंदे है ना, जदों लड़ाई होगी उन्हां तां हुण कोई दुनिया च नहीं रोक सकदा सानूं करन। सो वो वाला पार्ट सौकन टाइप जरूर लगता थोड़ा जिहा, बट जिवें हाईबू च भी तुसी लास्ट वाला पार्ट देखिया कि जिथे चन हटा दें गिप्पी छोटा कर दें गिप्पी वड्डा कर दें, तो इस बारी मैजिकल लड़ाई है। अच्छा रूपी मैम जदों आपां इदां हुंदा ना कि आह वाला सीन है हुण वाल पटने आ या पिछों गले तो जी ना चुन्नी तुसीं उह चीज़ कीती आ, सो उह चीज़ वाली प्रिपेयर तुसीं अपने आप नूं किवें कीता वी सरगुण ने कि किवें मैं वाल पटवाऊंगी या मैं वाल पटवाऊंगी प्रिपेयर कीता? किन्ने दिन तैनूं रिहर्सल लगी आ दिमाग च पाउण लई कि अज मैं सरगुण तों वाल पटवाऊंगी? हौली बोल तां मैं प्रोपर फड़िया मूह इदां सरगुण दा जोर दी जे जिन्ना देख रहा उन्ना ही अग्रेसिवली आ, बट नहीं फ्लो फ्लो च हो जांदा सारा कुछ इदां दे रिएक्शन से ना। हां हां ओह गुस्से च जिहड़ा उहनूं फड़ दिंदी हौली बोल। हां मतलब कि कदे रियल जिंदगी दे विच क्यूट जी कोई चुड़ैल टक्करी कदे तुहानू? क्यूट जी बस आही टक्करी होर कोई नहीं टक्करी? नहीं नहीं टक्करी। पक्की गल है? पक्की गल है। जैसे गुस्से वाली चुड़ैल कोई टक्करी होवे? नहीं चुड़ैल कोई टक्करी नहीं हजे तक आप भूत भात बहुत बुलाने की कोशिश की बोर्ड बोर्ड से तो आए भी मैं लगता, बट आए कोई टक्करिया नहीं। ਉਹਨਾਂ ਨੂੰ ਬਾਈ ਵੀ ਕਹਿਣਾ ਹੁੰਦਾ ਬਾਈ ਕਿਹਾ ਬਾਚੋ? ਹਾਂ ਇੱਕ ਵਾਰੀ ਤਾਂ ਆਪਾਂ ਸਕੂਲ 'ਚ ਸੀਗੇ ਕਹਿੰਦੇ ਅਸੀਂ ਜਾਣਾ ਨਹੀਂ ਵਾਪਸ, ਤਾਂ ਮੇਰੀ ਬੈਸਟ ਫਰੈਂਡ ਸੀ ਉਹਨੇ ਆਪਦੇ ਪ੍ਰਿਕ ਕੀਤਾ ਇੱਥੇ ਸੇਫਟੀ ਪਿੰਨ ਨਾਲ ਤੇ ਕੋਇਨ ਨੂੰ ਖੂਨ ਦਿੱਤਾ ਤਾਂ ਕਿ ਉਹ ਚੱਲ ਜਾਏ ਕਿਉਂਕਿ ਉਹਨੇ ਖੂਨ ਮੰਗਿਆ ਸੀ। ਅਸੀਂ ਬਹੁਤ ਡਰਮੈਟਿਕ ਆ ਸੱਚੀ, ਉਹ ਕੋਇਨ ਹਜੇ ਵੀ ਸ਼ਾਇਦ ਸਕੂਲ 'ਚ ਦੱਬਿਆ ਹੋਊਗਾ ਪੇੜ ਦੇ ਥੱਲੇ।
ਇਤਨੇ ਕੁ ਲੱਗ ਤੋਂ ਸਟੋਰੀ ਬਣ ਸਕਦੀ ਹੈ ਵੈਸੇ ਜਿਵੇਂ ਤੁਸੀਂ ਕਹਿ ਰਹੇ ਹੋ ਬਿਲਕੁਲ ਬਹੁਤ ਕਹਾਣੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਆਪਾਂ ਸੀਰੀਅਲ ਕਿਵੇਂ ਲਿਖਦੇ ਹਾਂ ਇਹੀ ਕਹਾਣੀਆਂ ਇਹੀ ਕਹਾਣੀਆਂ ਹੈ ਨਾ ਠੀਕ ਹੈ ਜੀ अच्छा गल्ला बता तो बहुत कर लिया हाजी होर भी गल्ला बाकी ने फिल्म दी गल भी करेंगे बट नाउ एक प्यारी जी गेम ओके ठीक है जी रैपिड फायर काइंड ऑफ मैंने लगा किसी दिन रैपिड फायर दा नाम चेंज करके करण जौहर फायर ना रख दी रैपिड रैपिड फायर नहीं होएगा काइंड ऑफ बहुत अच्छी गल्ला होंगी ठीक है जी अच्छा मैंने भूल जाना मैं लिख के लेके आई सरपिंदर कुछ नाम लवांगी ठीक है ਤੁਹਾਡੇ ਮਾਈਂਡ 'ਚ ਕਿਹੜਾ ਇਨਸਾਨ ਆਉਂਦਾ ਕੀ ਗੱਲ ਆਉਂਦੀ ਹੈ ਤੁਸੀਂ ਉਹ ਦੱਸਣਾ ਡਨ ਜੀ ਠੀਕ ਹੈ ਕੋਬਰਾ ਕੋਬਰਾ ਕਿਹੜਾ ਸ਼ਬਦ ਲੱਗਦਾ ਕੋਬਰਾ ਜਾਂ ਕੁਛ ਵੀ ਕੋਬਰਾ ਐਕਚੁਅਲੀ ਕੁਛ ਵੀ ਸੱਪ ਸੁਣ ਕੇ ਨਾ ਸਿਰਫ ਮੋਨੀ ਰੋਏ ਦਿਮਾਗ 'ਚ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਨਾਗਿਨ ਕਰਦੇ ਦੇਖਿਆ ਨਾ ਤਾਂ ਉਹਦੇ ਇਲਾਵਾ ਕੋਈ ਆਉਂਦਾ ਹੀ ਨਹੀਂ ਹੁਣ ਦਿਮਾਗ 'ਚ ਸੱਪ ਦੇਖਦੀਆਂ ਲੱਗਦਾ ਮੋਨੀ ਆਈ ਹੈ ਠੀਕ ਹੈ ਜੀ ਗੋਲ ਗੱਪੇ ਗੋਲਗੱਪੇ ਦੇਖ ਕੇ ਮੈਨੂੰ ਰੂਪੀ ਕਿਉਂਕਿ ਮੈਨੂੰ ਹੁਣੇ ਪਤਾ ਲੱਗਿਆ ਕਿ ਰੂਪੀ ਵੀ ਬਹੁਤ ਕਰਦੀ ਹੈ ਵੈਸੇ ਮੈਂ ਗੋਲਗੱਪੇ ਜਿੰਨੀ ਵਾਰੀ ਵੀ ਦੇਖਦੀ ਹਾਂ ਮੈਨੂੰ ਮੇਰੀ ਨਾਨੀ ਬਹੁਤ ਯਾਦ ਆਉਂਦੀ ਹੈ ਬਿਕੋਜ਼ ਮੈਂ ਅਤੇ ਮੇਰੀ ਨਾਨੀ ਜਦੋਂ ਮਤਲਬ 18 ਸੈਕਟਰ ਰਹਿੰਦੇ ਸੀ ਤਾਂ ਆਪਾਂ ਰੋਜ਼ ਸ਼ਾਮ ਨੂੰ ਦੋਵਾਂ ਨੇ ਚੱਲ ਕੇ ਜਾਣਾ ਰੋਜ਼ ਸ਼ਾਮ ਨੂੰ ਆਪਾਂ ਆਲੂ ਦੀ ਟਿੱਕੀ ਅਤੇ ਗੋਲਗੱਪੇ ਖਾਂਦੇ ਸੀ ਕਿਉਂਕਿ ਸਾਨੂੰ ਦੋਵਾਂ ਨੂੰ ਕੋਈ ਨਹੀਂ ਰੋਕੂਗਾ ਨਾ ਮੇਰੀ ਮੰਮਾ ਨਾ ਮਾਸੀਆਂ ਕਿਸੇ ਨੇ ਨਹੀਂ ਤਾਂ ਆਪਾਂ ਰੋਜ਼ ਸ਼ਾਮ ਨੂੰ ਜਾ ਕੇ ਕ੍ਰਿਸ਼ਨਾ ਚਾਟ ਭੰਡਾਰ 'ਤੇ ਖਾਂਦੇ ਸੀ ਠੀਕ ਹੈ ਜੀ ਪੈਸੇ ਪੈਸੇ ਮੈਂ ਤੇ ਮੇਰੇ ਇਲਾਵਾ ਜੇ ਮੈਨੂੰ ਹੁਣ ਕੋਈ ਯਾਦ ਆਉਂਦਾ ਹੈ ਤਾਂ ਅੰਬਾਨੀ ਮੈਂ ਉਹਨਾਂ ਦੇ ਵਿਆਹ ਦੇਖ ਦੇਖ ਕੇ ਪੈਸਿਆਂ ਦੀ ਪੁਛਾਰ ਦੇਖ ਦੇਖ ਕੇ ਥੱਕ ਚੁੱਕੀ ਹਾਂ ਸਾਰੇ ਪਾਸੇ ਰੀਲਸ ਚੱਲਦੀਆਂ ਪਈਆਂ ਨਾ ਹਾਂਜੀ ਹਾਂਜੀ ਬੇਵਕੂਫ ਬੇਵਕੂਫ ਹਾ ਕਿੰਨੇ ਲੋਕ ਨੇ ਬਸ ਉਹੀ ਨਾਮ ਜਾਣਨੇ ਆ ਬਸ ਨਾਮ ਹੀ ਲੈ ਦਿਓ ਲਿਸਟ ਦਵਾਂ ਇੱਥੇ ਲਿਖ ਦਾ ਪੈਨ ਲਿਆ ਬਾਅਦ 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 ਦੇ ਦੂੰਗੀ ਚਲੋ ਠੀਕ ਹੈ ਜੀ ਲਾਈਕ ਵਰਸਟ ਕੋ ਸਟਾਰ ਵਰਸਟ ਕੋ ਸਟਾਰ ਮੈਂ ਤਾਂ ਕੋਈ ਵੀ ਨਹੀਂ ਐਵਰੀਬਡੀ ਸਾਰਿਆਂ ਨੇ ਮੇਰੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਿਹੇਵ ਕੀਤਾ ਕਦੇ ਵੀ ਹੋਇਆ ਕਿ ਇਹਨਾਂ ਨੇ ਕੰਮ ਕਰਕੇ ਅੱਛਾ ਨਹੀਂ ਲੱਗਾ ਜਾਂ ਇਹਨਾਂ ਨੇ ਬੜਾ ਬੋਰ ਕੀਤਾ ਉਦਾਂ ਦਾ ਕੰਮ ਨਹੀਂ ਕੀਤਾ ਨਹੀਂ ਨਹੀਂ ਐਂ ਕਦੇ ਵੀ ਨਹੀਂ ਲੱਗਿਆ ਕਿਉਂਕਿ ਮੈਂ ਆਪਣੇ ਆਪ 'ਚ ਮਤਲਬ ਜਿਵੇਂ ਫਰੈਂਕਲੀ ਅਮਰਿੰਦਰ ਭਾਅ ਜੀ ਵੀ ਜਿਵੇਂ ਬਹੁਤ ਨਹੀਂ ਬੋਲਦੇ ਬਟ ਉਹ ਮੇਰੇ ਨਾਲ ਬਹੁਤ ਬੋਲਦੇ ਆ ਹੀ ਇਜ਼ ਵੈਰੀ ਨਾਈਸ ਟੂ ਮੀ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਨਾਲ ਇੱਕ ਵਧੀਆ ਕੰਫਰਟੇਬਲ ਜ਼ੋਨ 'ਚ ਹੁੰਦੇ ਹੋ ਤਾਂ ਉਹ ਕੰਫਰਟੇਬਲ ਕਰ ਦਿੰਦੇ ਆ ਵਰਨਾ ਕਰਨ ਨੂੰ ਤਾਂ ਕੋਈ ਵੀ ਬੋਰ ਕਰ ਸਕਦਾ ਹੈ ਠੀਕ ਹੈ ਜੀ ਠੀਕ ਹੈ ਅਵਾਰਡ ਫੰਕਸ਼ਨਸ ਹੁਣ ਤਾਂ ਹੁੰਦੇ ਹੀ ਨਹੀਂ ਹੁਣ ਤਾਂ ਸਾਰਾ ਕੁਛ ਉਹੀ ਹੋ ਗਿਆ ਡਿਜੀਟਲੀ ਹੋ ਗਿਆ ਬਟ ਜੇ ਉਹ ਪਹਿਲਾਂ ਹੁੰਦੇ ਸੀ ਮੈਨੂੰ ਲੱਗਦਾ ਕਿ ਜਿਵੇਂ ਪਹਿਲਾਂ ਫਿਲਮ ਫੇਅਰ ਸਟਾਰ ਸਾਰੇ ਹੁੰਦੇ ਸੀ ਹੈ ਨਾ ਹਾਂ ਆਪਾਂ ਬਚਪਨ 'ਚ ਆਪਣੇ ਦੇਖੇ ਸੀ ਕਿ ਆਪਾਂ ਇੱਧਰ ਪਰਫੋਰਮ ਕਰਾਂਗੇ ਆਹ ਹੋਊਗਾ ਉਹ ਹੋਊਗਾ ਹੈ ਨਾ ਫਿਲਮ ਫੇਅਰ ਵੀ ਹੋਏ ਇੱਥੇ ਦੋ ਸ਼ੁਕਰ ਹੈ ਮਿਲ ਵੀ ਗਏ ਕਿਉਂਕਿ ਉਹਦੇ ਬਾਅਦ ਤਾਂ ਬੰਦ ਹੀ ਹੋ ਗਏ ਬਟ ਯੂ ਨੋ ਉਹ ਵਾਪਸ ਆਉਣੇ ਚਾਹੀਦੇ ਮੈਨੂੰ ਲੱਗਦਾ ਦੋ ਸਟਾਰੀ ਨਾਈਟਸ ਆ ਰੀਲੀ ਰੀਲੀ ਗੁੱਡ ਯਾ ਆਈ ਡੋ ਠੀਕ ਹੈ ਜੀ ਪਾਕਿਸਤਾਨੀ ਡਰਾਮਾ ਮੇਰਾ ਰੋਜ਼ ਦਾ ਕੰਮ ਹੈ ਜੀ ਮੇਰਾ ਜਿਵੇਂ ਲੰਚ ਬ੍ਰੈਕਫਾਸਟ ਡਿਨਰ ਹੁੰਦਾ ਉਵੇਂ ਖਾਂਦੀ ਹਾਂ ਮੈਂ ਸੱਚੀ ਹਾਂਜੀ ਹਾਂਜੀ ਮੈਂ ਤਾਂ ਬਹੁਤ ਦੇਤੀ ਓਕੇ ਮੈਨੂੰ ਨਹੀਂ ਪਤਾ ਸੀ ਵੈਸੇ ਇਹ ਨਵੀਂ ਚੀਜ਼ ਪਤਾ ਲੱਗੀ ਵੀ ਤੁਸੀਂ ਵੀ ਦੇਖਦੇ ਹੋ ਡ੍ਰੀਮ ਪ੍ਰੋਜੈਕਟ ਡ੍ਰੀਮ ਪ੍ਰੋਜੈਕਟ ਇਜ਼ ਵਿਦ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਲੈ ਮੇਰਾ ਤਾਂ ਅਗਲਾ ਕੁਐਸਚਨ ਹੀ ਤੁਸੀਂ ਬੋਲਦੇ ਸ਼ਾਹਰੁਖ ਖਾਨ ਮੈਂ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਪਿਆਰ ਜ਼ਿੰਦਗੀ ਜ਼ਿੰਦਗੀ ਠੀਕ ਹੈ ਜੀ ਚੁੜੈਲ ਸਰਗੁਣ ਕਿਆ ਬਾਤ ਹੈ ਜੀ ਕਿਆ ਬਾਤ ਹੈ ਮੈਨੂੰ ਲੱਗਦਾ ਨਹੀਂ ਸੀ ਇਹਨੇ ਈਜ਼ੀਲੀ ਜਵਾਬ ਦੇ ਦੋਗੇ ਬਟ ਠੀਕ ਹੈ ਇਹ ਟਫ ਤੁਹਾਡੇ ਲਈ ਅੱਗੇ ਹੋਣ ਵਾਲਾ ਕੋਈ ਗੱਲ ਨਹੀਂ ਹੁਣ ਆਪਾਂ ਰੂਪੀ ਮੈਮ ਵੱਲ ਜਾਂਦੇ ਹਾਂ ਕਮਾਨ ਹਾਏ ਰੱਬਾ ਹਾਂ ਪਹਿਲਾਂ ਹੀ ਸੋਚੀ ਜਾਂਦੀ ਠੀਕ ਹੈ ਵੈਰੀ ਵਧੀਆ ਸੱਚ ਜਵਾਬ ਦੇਣੇ ਆ ਬਟ ਹੈਲਪ ਕਰ ਦਿਓ ਤੇਰੀ ਮਾਰੇ ਨਹੀਂ ਨਹੀਂ ਹੈਲਪ ਕਰ ਦਿਓ ਹੈਲਪ ਕਰ ਦਿਓ ਰੂਪੀ ਮੈਮ ਨੇ ਕਹਿਣਾ ਮੈਂ ਜ਼ਿਆਦਾ ਬੋਲਦੀ ਨਹੀਂ ਤੁਸੀਂ ਹੈਲਪ ਕਰ ਦਿਓ ਨਾ ਮੈਨੂੰ ਪਤਾ ਨਹੀਂ ਚਲੋ ਠੀਕ ਹੈ ਸਭ ਤੋਂ ਪਹਿਲਾਂ ਫਿਲਮ ਕਿਹੜੀ ਆਫਰ ਹੋਈ ਸੀ ਅਸ਼ਕੇ ਤੇ ਹਾਂ ਬੋਲਦੀ ਓਬਵੀਅਸਲੀ ਉਹ ਤਾਂ ਕੀਤੀ ਆ ਉਸ ਤੋਂ ਪਹਿਲਾਂ ਸੌਰੀ ਸੌਰੀ ਸਤੀ ਉਸ ਤੋਂ ਪਹਿਲਾਂ ਲੈ ਕੇ ਗਏ ਤੇ ਕਿਆ ਡਾਇਲੌਗ ਬੋਲ ਉਸ ਤੋਂ ਪਹਿਲਾਂ ਨਹੀਂ ਕੋਈ ਨਹੀਂ ਓਕੇ ਹਨੇਰੇ ਤੋਂ ਡਰ ਲੱਗਦਾ ਜੀ ਕੋਈ ਇਨਸੀਡੈਂਟ ਨਾ ਕੋਈ ਇਹ ਤਾਂ ਕੋਰੇ ਜਵਾਬ ਦੇ ਰਹੇ ਨੇ ਬਈ ਮੈਨੂੰ ਲੱਗਿਆ ਰਾਬ ਬੜੇ ਆ ਪੁਛਾਉਂਦੇ ਚਲੋ ਠੀਕ ਹੈ ਪੰਜ ਚੀਜ਼ਾਂ ਜਾਂ ਪੰਜ ਕੰਮ ਜੋ ਰੂਪੀ ਰੋਜ਼ ਕਰਦੇ ਨੇ ਰੋਟੀ ਖਾਣੀ ਆ ਚੋਕਲੇਟ ਖਾਣੀ ਆ ਰੋਣੀ ਆ ਰੋਨੀਆ ਕਦੇ ਕਦੇ ਫਿਰ ਉਸ ਫੋਨ ਤੇ ਗੱਲਾਂ ਕਰਦੀਆਂ ਤੇ ਇੰਨੀ ਹੈਲਪ ਨਹੀਂ ਕਰਨੀ ਮੈਂ
ਜਿਮ ਕਰਦੀ ਆ ਉਹਨਾਂ ਨੇ ਕਿਹਾ ਸੀ ਨਾ ਕਿ ਮੈਂ ਬਣਨਾ ਚਾਹੁੰਦੀ ਸੀ ਪਹਿਲਾਂ, ਜੇ ਪੁਲਿਸ ਵਿੱਚ ਹੁੰਦੀ ਤਾਂ ਚਲਾਨ ਕੱਟਦੇ ਜਾਂ ਦਿਲ ਤੋੜਦੇ, ਜ਼ਿਆਦਾ ਦੋਨਾਂ ਚ ਕੀ ਕਰਦੇ? ਚਲਾਨ ਕੱਟਦੀ, ਦਿਲ ਥੋੜਾ ਆਲਰੇਡੀ ਤੋੜ ਹੀ ਰਹੀਆਂ ਹਨ ਬਹੁਤਿਆਂ ਦੇ, ਹੈ ਨਾ? ਨਹੀਂ ਨਹੀਂ ਠੀਕ ਹੈ ਜੀ, ਸਭ ਤੋਂ ਵੱਧ ਮੋਟੀਵੇਟ ਕੌਣ ਕਰਦਾ? ਮੈਨੂੰ ਆਲੀਆ ਬਟ ਬਹੁਤ ਵਧੀਆ ਲੱਗਦੀ ਹੈ, ਮੋਟੀਵੇਟ ਤਾਂ ਨਹੀਂ ਪਰ ਮੈਨੂੰ ਵਧੀਆ ਬਹੁਤ ਲੱਗਦੀ ਹੈ। ਤੁਹਾਨੂੰ ਉਹਨਾਂ ਦਾ ਕੰਮ ਚੰਗਾ ਲੱਗਦਾ, ਮੋਟੀਵੇਟ, ਹੈ ਨਾ? ਠੀਕ ਹੈ ਜੀ, ਜੇ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਚੁੜੇਲ ਹੁੰਦੇ ਤਾਂ ਕਿਸ ਨੂੰ ਡਰਾਉਂਦੇ? ਮੈਂ ਫਿਲਮ 'ਚ ਹੀ ਡਰਾਉਂਦੀ, ਸਰਗੁਣ ਨੂੰ ਬਰਾਬਰ ਡਰਾਉਂਦੀ, ਪਰ ਸਰਗੁਣ ਇੰਨਾ ਡਰਾਇਆ ਤਾਂ ਨਹੀਂ ਹੈਗਾ, ਪਰ ਸਰਗੁਣ ਨੂੰ ਤੰਗ ਕਰਦੀ ਜਿੱਦਾਂ ਇਹਨੇ ਸਾਨੂੰ ਤੰਗ ਕੀਤਾ, ਹੈ ਨਾ? ਬਹੁਤ ਤੰਗ ਕੀਤਾ, ਬੀ ਰੈਡੀ, ਬਹੁਤ ਜ਼ਿਆਦਾ। ਠੀਕ ਹੈ ਜੀ, ਗੰਦੀ ਆਦਤ ਜੋ ਤੁਹਾਨੂੰ ਨਹੀਂ ਪਸੰਦ ਜਾਂ ਤੁਹਾਡੀ ਫੈਮਿਲੀ ਨੂੰ ਨਹੀਂ ਪਸੰਦ, ਤੁਹਾਡੇ ਦੋਸਤਾਂ ਨੂੰ ਨਹੀਂ ਪਸੰਦ, ਉਹ ਤੁਹਾਡੀ ਕਿਹੜੀ ਆਦਤ ਆ? ਅੱਛਾ, ਮੇਰੀ ਆਦਤ? ਹਾਂਜੀ ਹਾਂਜੀ ਹਾਂਜੀ, ਮੈਂ ਨਾ ਮੈਨੂੰ ਚੀਜ਼ਾਂ ਬਹੁਤ ਭੁੱਲ ਜਾਂਦੀਆਂ ਨੇ, ਮਤਲਬ ਕੁਛ ਰੱਖ ਕੇ ਭੁੱਲ ਜਾਂਦੀ ਹਾਂ, ਜਾਂ ਮਤਲਬ ਬਸ ਇਰਰਿਸਪੋਂਸੀਬਲ। ਬਸ ਫੋਨ ਭੁੱਲ ਗਈ ਜਾਂ ਕੁਛ ਭੁੱਲ ਗਈ, ਇਰਰਿਸਪੋਂਸੀਬਲ। ਹੋਰ ਕੀ, ਬਸ ਹੋਰ ਕੁਛ ਨੀ ਆ, ਸਾਨੂੰ ਤਾਂ ਪ੍ਰੈਸ਼ਰ ਮੈਨੂੰ ਫੀਲ ਹੋ ਜਾਂਦਾ। ਨਹੀਂ ਪ੍ਰੈਸ਼ਰ ਨੀ ਆ, ਐਵੇਂ ਸੈੱਟ ਤੇ ਵੀ ਐਵੇਂ ਰਹਿੰਦੇ ਸੀ, ਲੜਦੇ ਸੀ ਵੈਸੇ ਨੋਰਮਲੀ? ਨਾ ਲੜਦੇ ਨੋਰਮਲੀ, ਨੋਰਮਲੀ ਮਤਲਬ ਕਿ ਤੁਸੀਂ ਰਿਹਰਸਲ ਕਰ ਰਹੇ ਹੋ, ਠੀਕ ਹੈ, ਤੇ ਲੜਾਈ ਦੀ ਪ੍ਰੈਕਟਿਸ ਕਰ ਰਹੇ ਹੋ, ਉਸ ਤੋਂ ਪਹਿਲਾਂ ਇਹ ਚੀਜ਼ ਹੁੰਦੀ ਸੀ? ਲੜਾਈ ਦੀ ਪ੍ਰੈਕਟਿਸ ਚ ਤਾਂ ਲੜਾਈ ਕਰਦੇ ਸੀ, ਲੜਾਈ ਦੀ ਪ੍ਰੈਕਟਿਸ ਤੇ ਤਾਂ ਲੜਾਈ ਕਰ ਰਹੀ। ਨੋਰਮਲ ਕਦੇ ਵੀ ਨਹੀਂ, ਆਹ ਡਾਇਲੋਗ ਇਦਾਂ ਨਹੀਂ ਬੋਲਣਾ, ਮਤਲਬ ਕਿ ਇਦਾਂ ਨਹੀਂ, ਕਾਈਂਡ ਆਫ ਕੁਝ ਨਾ, ਨਹੀਂ ਨਹੀਂ ਨਹੀਂ, ਉਹਦੇ ਚ ਕੀ ਲੜਦਾ ਫਿਰ ਵੀ? ਨਹੀਂ ਨਹੀਂ ਹੁੰਦਾ, ਮਤਲਬ ਕਿ ਗੱਲਾਂ ਕਰਦੇ ਕਰਦੇ ਆਹ ਗੱਲ ਨਹੀਂ ਚੰਗੀ ਲੱਗੀ ਹੈਗੀ, ਨੋਰਮਲੀ ਹਾਸੇ ਮਜ਼ਾਕ ਦੇ ਵਿੱਚ ਵੀ ਹੁੰਦੇ। ਹਾਂ, ਦੱਸਣਾ ਹੀ ਨਹੀਂ ਹੈ, ਦੱਸਣਾ ਹੀ ਨਹੀਂ ਹੈ ਨਾ, ਇਦਾਂ ਤਾਂ ਦੱਸਣਾ ਹੀ ਨਹੀਂ, ਬਟ ਨਹੀਂ ਕੋਈ ਲੜਨ ਵਾਲੀ ਗੱਲ ਹੀ ਨਹੀਂ, ਆਪਾਂ ਇੱਕ ਦੂਜੇ ਨੂੰ ਆ ਕਹਿ ਸਕਦੇ ਆ ਕਿ ਆਹ ਠੀਕ ਨਹੀਂ ਲੱਗ ਰਿਹਾ, ਜਾਂ ਫਿਰ ਆਪਾਂ ਇਹਨੂੰ ਆਏ ਬੋਲ ਕੇ ਦੇਖ ਲਾ, ਫਿਰ ਇਹ 'ਚ ਲੜਨ ਵਾਲੀ ਕਿਹੜੀ ਗੱਲ? ਅੱਛਾ ਸਰ ਮੈਮ, ਤੁਸੀਂ ਰੂਪੀ ਨੂੰ ਕਦੋਂ ਪਹਿਲੀ ਵਾਰ ਮਿਲੇ ਸੀਗੇ ਜਾਂ ਕਦੋਂ ਇਹਨਾਂ ਦਾ ਕੰਮ ਦੇਖਿਆ ਸੀ? ਕਾਇਨ ਮੈਂ ਰੂਪੀ ਨੂੰ ਪਹਿਲੀ ਵਾਰ ਤਾਂ ਇੱਥੇ ਹੀ ਮਿਲੀ ਹਾਂ, ਜੱਟ ਨੂੰ ਚੁੜੈਲ ਤੇ, ਪਹਿਲੀ ਵਾਰ ਪਹਿਲੇ ਦਿਨ ਤੇ ਸੈੱਟ ਤੇ ਹੀ ਮਿਲੀ ਹਾਂ ਮੈਂ ਉਹਨੂੰ। ਮੈਂ ਉਹਨੂੰ ਕਦੋਂ ਦੀ ਜਾਣਦੀ ਹਾਂ, ਆਈ ਥਿੰਕ ਅਸ਼ਕੇ, ਮੈਂ ਫਿਲਮ ਨਹੀਂ ਦੇਖੀ ਤਾਂ ਟ੍ਰੇਲਰ ਤੋਂ, ਕਿਵੇਂ ਆ ਪ੍ਰਧਾਨ ਬੋਲ ਦੋ ਇੱਕ ਵਾਰੀ ਡਾਇਲੋਗ, ਕਿਵੇਂ ਆ ਪ੍ਰਧਾਨ ਤੁਹਾਡੇ ਮੂੰਹ ਚੋਂ, ਕਿਵੇਂ ਆ ਪ੍ਰਧਾਨ, ਇਲਾਕਾ ਕਿਹੜਾ ਆਪਣਾ ਵੇ? ਮੈਂ ਲੁਧਿਆਣੇ ਦੀ ਹਾਂ ਵੈਸੇ, ਸਾਡਾ ਵੀ ਹੋਈ ਆ। ਠੀਕ ਹੈ, ਇੱਕ ਹੋਰ ਰੈਪਿਡ ਫਾਇਰ ਆ, ਬਟ ਉਹ ਦੋਨਾਂ ਲਈ ਆ, ਦੋਨਾਂ ਲਈ ਜਵਾਬ ਦੇਣੇ ਆ, ਠੀਕ ਹੈ ਜੀ? ਇਟਸ ਜਜਮੈਂਟਲ ਸੈਗਮੈਂਟ ਬਟ ਫਨੀ, ਠੀਕ ਹੈ ਜੀ? ਹੁਣ ਸਹੀ ਜਵਾਬ ਦੇਣਾ, ਗਲਤ ਜਵਾਬ ਦੇਣੇ ਤੁਹਾਡੇ ਤੇ ਆ, ਠੀਕ ਹੈ, ਬਟ ਇਹ ਜਜਮੈਂਟਲ ਆ, ਹਾਂ ਬਟ ਜਵਾਬ ਦੇਣੇ ਆ, ਠੀਕ ਹੈ ਜੀ? ਉੱਠਾ ਸੁੱਟ, ਹਾਊ ਮਚ ਮਨੀ ਇਨ ਯੂਰ ਅਕਾਊਂਟ? ਅਸੀਂ ਕੀ, 8,500 ਕਰੋੜ, ਠੀਕ ਹੈ, ਇੰਨੇ ਕੀ ਬੋਲਣਾ ਕੀ ਇਹਦਾ, ਤੁਸੀਂ ਜਵਾਬ ਦੇਣਾ ਬਸ, ਕਿੰਨੇ ਪੈਸੇ ਆ? ਅੰਬਾਨੀ ਤੋਂ ਤਾਂ ਘੱਟ ਹੀ ਨੇ, ਇਤੋਂ ਵੀ ਘੱਟ ਆ, 8.5 ਕਰੋੜ ਤੋਂ ਵੀ, 8,500 ਹਜ਼ਾਰ, ਅੱਛਾ ਹਜ਼ਾਰਾਂ ਦੀ ਗੱਲ ਹੈ, ਸੌ ਦੀ ਜੇ ਕੋਈ ਸੁਣ ਰਿਹਾ ਹੈ, ਰੱਬ ਵੀ ਸੁਣ ਰਿਹਾ ਤਾਂ ਦੇ ਤਾਂ ਜਿੰਨੇ ਚਾਹੀਦੇ ਆ। ਕਈ ਵਾਰ ਸਰਸਵਤੀ ਬੈਠੀ ਹੁੰਦੀ ਨਾ ਜੀਭ ਤੇ, ਕਹਿੰਦੇ ਆ ਤਾਂ ਮੈਂ ਸਹੀ ਬੋਲਿਆ, ਬਿਲਕੁਲ ਜੀ ਬਿਲਕੁਲ, ਠੀਕ ਹੈ। ਹਾਲ ਹੀ ਦੇ ਵਿੱਚ ਕੋਈ ਝੂਠ ਬੋਲਿਆ ਤੁਸੀਂ ਰਵੀ ਨੂੰ? ਰਵੀ ਨੂੰ ਨਹੀਂ, ਕੀ ਝੂਠ ਬੋਲੂੰਗੀ ਮੈਂ ਉਹਨੂੰ, ਕੋਈ ਵੀ ਝੂਠ, ਨੋਰਮਲ ਜਿਹਾ ਝੂਠ ਬੋਲਿਆ। ਕਭੀ ਕਭੀ ਜਬ ਮੈਂ ਲਾਈਕ ਕਿਵੇਂ ਹਿੰਦੀ ਇੰਗਲਿਸ਼ ਕਰ ਦਿੰਦੀ ਹਾਂ, ਕਦੇ ਕਦੇ ਜਦੋਂ ਮੈਂ ਲਾਈਕ ਕੋਈ ਬਹੁਤ ਇੰਪੋਰਟੈਂਟ ਸ਼ੋ, ਇੰਪੋਰਟੈਂਟ ਮਤਲਬ ਕੋਈ ਸ਼ੋਅ ਦੇਖ ਰਹੀ ਹੁੰਦੀ ਹਾਂ ਨਾ, ਨੈੱਟਫਲਿਕਸ 'ਤੇ ਜਾਂ ਕਿਸੇ ਹੋਰ ਚੀਜ਼ 'ਤੇ, ਤਾਂ ਉਹ ਮੈਨੂੰ ਫੋਨ ਕਰਦਾ ਨਾ, ਤਾਂ ਮੈਂ ਵਿੱਚ ਵਿੱਚ ਦੀ ਉਹਨੂੰ ਕਹਿੰਦੀ ਹਾਂ, ਨਹੀਂ ਯਾਰ ਬੜੀ ਮੈਨੂੰ ਨਾ ਬਹੁਤ ਇੰਪੋਰਟੈਂਟ ਕਾਲ ਆ ਰਹੀ ਹੈ, ਨਹੀਂ ਯਾਰ ਰਵੀ ਮੈਂ ਨਾ ਬਾਅਦ 'ਚ ਗੱਲ ਕਰਦੀ ਹਾਂ, ਉਹ ਵਿੱਚ ਕਹਿ ਦੂਗਾ ਕੀ ਦੇਖ ਰਹੀ ਹੈ ਤੂੰ, ਕੀ ਦੇਖ ਰਹੀ ਹੈ ਤੂੰ, ਮੈਨੂੰ ਦੱਸਦੀ, ਮੈਨੂੰ ਪਤਾ ਕਿ ਤੂੰ ਕੁਛ ਦੇਖ ਰਹੀ ਹੈ, ਤਾਂ ਹੀ ਤੂੰ ਫੋਨ ਰੱਖਣ ਦੇ ਬਹਾਨੇ ਡੂਬ ਰਹੀ ਲੱਭ ਰਹੀ। ਰੀਸੈਂਟਲੀ ਤੁਸੀਂ ਕੀ ਝੂਠ ਬੋਲਿਆ? ਹੁਣ ਮੈਂ ਤਾਂ ਰਵੀ ਸਰ ਦਾ ਕਹਿ ਤਾ, ਬਟ
ਤੁਸੀਂ ਰਵੀ ਸਰ ਨੂੰ ਕੀ ਚੁਣਿਆ? ਨਹੀਂ ਤੁਸੀਂ ਤੁਸੀਂ ਰਵੀ ਹਾਲੀ ਦੇ ਵਿੱਚ ਮੈਂ ਰਵੀ ਸਰ ਨੂੰ ਨਹੀਂ ਹਾਏ ਰੱਬਾ ਮਤਲਬ ਕਿ ਰੀਸੈਂਟਲੀ ਕਿਹੜੀ ਚੁਣੀ ਮੈਂ ਆਪਦੇ ਬੁਆਏਫ੍ਰੈਂਡ ਨੂੰ ਕੀ ਝੂਠ ਬੋਲਿਆ ਮੈਂ ਐਕਚੁਅਲੀ ਆਪਦੀ ਹਾਂਜੀ ਮੈਂ ਆਪਦੀ ਮੰਮੀ ਨਾਲ ਐਕਚੁਅਲੀ ਸਵੇਰੇ ਗੱਲ ਕੀਤੀ ਤੇ ਮੈਂ ਕਿਹਾ ਮੰਮੀ ਇੱਕ ਮਿੰਟ ਮੈਂ ਕਰਦਾ ਤੁਹਾਨੂੰ ਤਾਂ ਮਤਲਬ ਮੈਂ ਰੋਟੀ ਖਾ ਰਹੀ ਸੀ ਮੇਰਾ ਉਦੋਂ ਜੀ ਨਹੀਂ ਕਰ ਰਿਹਾ ਸੀ ਗੱਲ ਕਰਨ ਝੂਠ ਬੋਲਿਆ ਮੈਂ ਕਿਹਾ ਮੈਂ ਇੱਕ ਮਿੰਟ ਤਿਆਰ ਹੋ ਰਿਹਾ ਪਰ ਮੈਂ ਰੋਟੀ ਖਾ ਰਹੀ ਜਿਹੜੀ ਮਰਜ਼ੀ ਮੂਵੀ ਦੀ ਹੋਵੇ ਗੱਲ ਸ਼ੂਟ ਦੀ ਗੱਲ ਹੋਵੇ ਜਾਂ ਫਿਰ ਇਸ ਮੂਵੀ ਦੀ ਗੱਲ ਹੋਵੇ ਕਿਸੇ ਦੇ ਚਪੇੜ ਮਾਰਨ ਨੂੰ ਦਿਲ ਕੀਤਾ ਗੁੱਸੇ ਚ ਰਾਤ ਮਨ ਕਰਦਾ ਮੇਰਾ ਮੈਨੂੰ ਮੌਕਾ ਮਿਲ ਜਾਏ ਲੋਕੀ ਲਾਲ ਲਾਲ ਗੱਲਾਂ ਨਾਲ ਘੁੰਮਣ ਮੇਰੇ ਨਾਲ ਮੇਰਾ ਤਾਂ ਜੀ ਕੀਤਾ ਹੈਗਾ ਪਰ ਫਿਲਮ ਦੇ ਵਿੱਚ ਨਾ ਪਿਛਲੀ ਜੀ ਅਸੀਂ ਜਿਹੜੀ ਫਿਲਮ ਕੀਤੀ ਦੇਖੋ ਜਵਾਬ ਦੇਣ ਲੱਗੀ ਗੁਰਨਾਮ ਨਾਲ ਫਿਲਮ ਕੀਤੀ ਸੀ ਵੈਸੇ ਵੀ ਸਾਡੀ ਉੱਦਾਂ ਲੜਾਈ ਤਾਂ ਇੱਧਰ ਉੱਧਰ ਹੁੰਦੀ ਰਹਿੰਦੀ ਹੈ ਤਾਂ ਉਹ ਫਿਲਮ ਦੇ ਵਿੱਚ ਇੱਕ ਮੈਂ ਥੱਪੜ ਮਾਰਿਆ ਸੀਗਾ ਗੁਰਨਾਮ ਉਹਨਾਂ ਦੇ ਠੀਕ ਹੈ ਜੀ ਚਲੋ ਇਹ ਸਹੀ ਫਿਲਮ ਦੇ ਸੀਨ ਦੇ ਵਿੱਚ ਠੀਕ ਹੈ ਫਿਲਮ ਦੇ ਸੀਨ ਦੇ ਵਿੱਚ ਨਾਈਸ ਤੇਰਾ ਮਨ ਕੀ ਕਰ ਰਿਹਾ ਹੈ ਤੇਰਾ ਮਨ ਕਰ ਰਿਹਾ ਸੀ ਤਾਂ ਤੂੰ ਨਹੀਂ 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 ਓਕੇ ਓਕੇ ਆ ਨਾ ਥੰਬਨੇਲ ਤੁਸੀਂ ਹੋਰ ਹੀ ਬਣਾ ਦੇਣਾ ਇੱਧਰ ਨਾ ਪੌਜ਼ ਲਿਆ ਜਿਹੜਾ ਪੌਜ਼ ਲਿਆ ਪੌਜ਼ ਲਿਆ ਜਿਹੜਾ ਦੁਸ਼ਮਣਾ ਨਹੀਂ ਕੀ ਲੋੜ ਇੱਧਰ ਚੜੇਲ ਬੈਠੀ ਆ ਨਹੀਂ ਮੈਂ ਵੈਸੇ ਕਹਿ ਰਹੀ ਹਾਂ ਕਿ ਉਹ ਫਿਲਮ ਦੇ ਵਿੱਚ ਅਸੀਂ ਮਤਲਬ ਅਸੀਂ ਲੜਦੇ ਰਹਿੰਦੇ ਹੁੰਦੇ ਜਦੋਂ ਮੈਂ ਮਾਰਿਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਦੇਖਿਆ ਮਾਰਨਾ ਪਿਆ ਵਧੀਆ ਹੋਇਆ ਮੈਨੂੰ ਮਾਰ ਮੈਂ ਆਪਣੇ ਬਦਲਾ ਲੈ ਲਿਆ ਇੱਦਾਂ ਹੀ ਲੈਣਾ ਸੀ ਬਦਲਾ ਨਹੀਂ ਮਜ਼ਾਕ ਚ ਕਹਿ ਰਹੀ ਹੈ ਵੈਸੇ ਨਹੀਂ ਠੀਕ ਹੈ ਜੀ ਅੱਛਾ ਅਗਲਾ ਸਵਾਲ ਜੇਕਰ ਜੇਕਰ ਤੁਸੀਂ ਪਾਗਲ ਸਾਇੰਟਿਸਟ ਹੁੰਦੇ ਤਾਂ ਤੁਹਾਡਾ ਐਕਸਪੈਰੀਮੈਂਟ ਕੀ ਹੁੰਦਾ ਦੇਖੋ ਪਾਗਲ ਸਾਇੰਟਿਸਟ ਦਾ ਨਹੀਂ ਬਟ ਆ ਨਰਸ ਬਣਨਾ ਚਾਹੁੰਦੀ ਆ ਤਾਂ ਪਾਗਲ ਨਰਸ ਤਾਂ ਪੱਕਾ ਆ ਵਾਈ ਕੰਮ ਵਧੀਆ ਚੱਲਦਾ ਪਿਆ ਤੇ ਤੁਹਾਡਾ ਨਰਸ ਕਿਉਂ ਬਣਨਾ ਉਹ ਜੀ ਮੈਂ ਪਹਿਲਾਂ ਦੀ ਸ਼ੁਰੂ ਕੀਤੀ ਹੋਈ ਹੈ ਪੜ੍ਹਾਈ ਮੁਕਾਉਣੀ ਤਾਂ ਹੈਗੀ ਆ ਪਤਾ ਨਹੀਂ ਦੁਨੀਆ ਦਾ ਕਿਹੜਾ ਉਹ ਪੇਸ਼ੈਂਟ ਆ ਜਿਹੜਾ ਇਹ ਤੋਂ ਟੀਕਾ ਲਵਾਓ ਤੈਨੂੰ ਕੀ ਫਰਕ ਤੂੰ ਉਹਨਾਂ ਨੂੰ ਟੀਬੀ ਹੋਇਆ ਤੂੰ ਉਹਨਾਂ ਨੂੰ ਕੋਲਰਾ ਦਾ ਇੰਜੈਕਸ਼ਨ ਲਾ ਦੇ ਉਹਨਾਂ ਨੂੰ ਵਿਟਾਮਿਨ ਬੀ ਚਾਹੀਦਾ ਤੂੰ ਕੁਛ ਹੋਰ ਲਾ ਦੇ ਕੁਛ ਨੀ ਚਲੋ ਕੋਈ ਗੱਲ ਨੀ ਠੀਕ ਹੈ ਜੀ ਆਪਾਂ ਜ਼ਿਆਦਾ ਟਾਈਮ ਨੀ ਲੈਣਾ ਠੀਕ ਹੈ ਜੀ 2 ਮਿੰਟ ਯਾਰ ਉਹ ਆਪ ਹੀ ਅੱਕ ਕੇ ਉਹ ਕਹਿੰਦੇ ਚਲੋ ਓਕੇ 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 ਅਗਲਾ ਅਗਲਾ ਨਹੀਂ ਤੁਸੀਂ ਕਹਿੰਦੇ ਨਹੀਂ ਇਹ ਸੋ ਕਿ ਆਪਾਂ ਜ਼ਿਆਦਾ ਟਾਈਮ ਕਿਉਂ ਲਾਉਣਾ ਫਿਰ ਬਾਕੀ ਵੀ ਵੇਟ ਕਰਦੇ ਸੋਰੀ ਮੈਂ ਹਾਂਜੀ ਹੈ ਨਾ 2 ਮਿੰਟ ਦਾ ਆਡੀਸ਼ਨ ਦੇਣਾ ਹੋਵੇ ਠੀਕ ਹੈ ਤਾਂ ਤੁਸੀਂ ਆਪਣੇ ਬਾਰੇ ਕੀ ਬੋਲੋਗੇ ਉਹ 2 ਮਿੰਟਾਂ ਦੇ ਵਿੱਚ ਤੁਸੀਂ ਪ੍ਰੀਪੇਅਰ ਕਰ ਲਓ ਜਦ ਤੱਕ ਠੀਕ ਹੈ ਮੈਂ ਪਹਿਲਾਂ ਬੋਲ ਦਿੰਦਾ ਉਹਨਾਂ ਨੂੰ ਟਾਈਮ ਚਾਹੀਦਾ ਤੁਹਾਨੂੰ ਨਹੀਂ ਮੈਨੂੰ ਵੇਟ ਦੇਣੀ 1 ਸੈਕਿੰਡ ਤੱਕ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰੂਪੀ ਗਿੱਲ ਮੇਰੀ ਹਾਈਟ 5'5" ਆ 6 ਆ 5 ਫੁੱਟ 5.5 ਆ ਮੈਨੂੰ 6 ਪੂਰੀ ਨਹੀਂ ਹੋਈ ਹੈਗੀ ਤੇ ਆ ਵੀ ਵਿੱਚ ਤੇ ਬਸ ਜੀ ਤੁਸੀਂ ਸਾਨੂੰ ਦੋਨਾਂ ਨੂੰ ਮੈਂ ਸਰਗੁਣ ਲਈ ਬੋਲ ਦਿੰਦੀ ਹਾਂ ਸਰਗੁਣ ਦਿਸ ਇਜ਼ ਸਰਗੁਣ ਮਹਿਤਾ ਤੇ ਸਾਨੂੰ ਦੋਨਾਂ ਨੂੰ ਤੁਸੀਂ ਪਲੀਜ਼ ਕਾਸਟ ਕਰ ਦਿਓ ਫਿਲਮ ਦੇ ਵਿੱਚ ਬਸ ਅਸੀਂ ਨੱਚ ਲੈਣੀ ਆ ਗਾ ਲੈਣੀ ਆ ਸਾਡਾ ਗਾਣਾ ਆਇਆ ਹਾਏ ਬੂ ਤੁਸੀਂ ਉਹਨੂੰ ਦੇਖ ਕੇ ਦੇਖ ਲਿਓ ਥੈਂਕ ਯੂ ਚਲੋ ਜੀ ਸੱਚੀ ਮੈਂ ਤਾਂ ਜਮਾ ਹੀ ਆਡੀਸ਼ਨ ਨਹੀਂ ਦਿੰਦੀ ਜੇ ਮੇਰਾ ਨਾਮ ਉਹਨਾਂ ਨੂੰ ਲੋੜ ਵੀ ਨਹੀਂ ਹੈਗੀ ਅੱਗੋ ਮੈਂ ਬਹੁਤ ਦੇ ਲਿਆ ਬਹੁਤ ਸਾਲ ਮੈਂ ਬਹੁਤ ਆਡੀਸ਼ਨ ਦੇ ਲਿਆ ਹੁਣ ਜੇ ਤੁਹਾਨੂੰ ਨਹੀਂ ਪਤਾ ਕਿ ਮੈਂ ਕੌਣ ਆ ਤਾਂ ਕੋਈ ਨਹੀਂ ਹੈ ਪਰ ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ ਬੋਲ ਰਹੀ ਆ ਜਿਹੜੇ ਲੈਣ ਲੱਗਿਆ ਅੱਛਾ ਵੈਸੇ ਨਾ ਇਹ ਚੀਜ਼ ਹੈਗੀ ਆ ਨਾ ਮੈਮ ਕਿ ਹਜੇ ਵੀ ਬਹੁਤ ਲੋਕਾਂ ਦੇ ਆਡੀਸ਼ਨਸ ਹੁੰਦੇ ਨੇ ਜਿਨ੍ਹਾਂ ਨੇ ਬਹੁਤ ਕੰਮ ਵੀ ਕਰ ਲਿਆ ਇਹ ਚੀਜ਼ ਟਰੂ ਆ ਵੈਸੇ ਬਿਲਕੁਲ ਟਰੂ ਆ ਜੀ ਕਿਉਂਕਿ ਬਹੁਤ ਅਨਇਮੈਜੀਨੇਟਿਵ ਲੋਕ ਬੈਠੇ ਹੋਏ ਨੇ ਤੇ ਵਿਚਲੀ ਬਹੁਤ ਥਾਂ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਿਹਨੂੰ ਆਡੀਸ਼ਨ ਮੰਗਣਾ ਚਾਹੀਦਾ ਕਿਹਨੂੰ ਨਹੀਂ ਮੰਗਣਾ ਚਾਹੀਦਾ ਉਹਨਾਂ ਦਾ ਕੋਈ ਮਤਲਬ ਹਿਸਾਬ ਕਿਤਾਬ ਨਹੀਂ ਉਹ ਰੈਂਡਮਲੀ ਮੰਗਦੇ ਰਹਿੰਦੇ ਮੈਨੂੰ ਪਰਸਨਲੀ ਲੱਗਦਾ ਕਿ ਆਡੀਸ਼ਨ ਬਹੁਤ ਜ਼ਰੂਰੀ ਚੀਜ਼ ਆ ਜੇ ਤੁਸੀਂ ਕੋਈ ਇਹੋ ਜਿਹਾ ਕੈਰੈਕਟਰ ਕਿਸੇ ਨੂੰ ਦੇ ਰਹੇ ਹੋ
ਜਿਹੜਾ ਤੁਸੀਂ ਉਹਨਾਂ ਨੂੰ ਕਦੇ ਨਹੀਂ ਕਰਦੇ ਹੋਏ ਦੇਖਿਆ, ਤੁਹਾਨੂੰ ਲੱਗਿਆ ਯਾਰ ਆਹ ਕਿਵੇਂ ਕਰੂਗਾ, ਜਿਵੇਂ ਉਹ ਮੈਨੂੰ ਜੋਕਰ ਦਾ ਕੈਰੈਕਟਰ ਦੇ ਰਹੇ ਹੋਣ ਤਾਂ ਉਹਨਾਂ ਦਾ ਮੇਰਾ ਆਡੀਸ਼ਨ ਲੈਣਾ ਬਣਦਾ ਹੈ, ਮੈਂ ਗੰਗੂ ਬਾਈ ਕਰ ਰਹੀ ਹਾਂ ਤਾਂ ਉਹਨਾਂ ਨੂੰ ਆਡੀਸ਼ਨ ਲੈਣਾ ਬਣਦਾ ਹੈ, ਹੈ ਨਾ? ਬਟ ਜਦੋਂ ਇਹੋ ਜਿਹੀਆਂ ਚੀਜ਼ਾਂ ਦਾ ਆਡੀਸ਼ਨ ਲੈਂਦੇ ਨਾ ਜਿਹਦੇ 'ਚ ਕੋਈ ਬੰਦਾ ਬਸ ਜਿਵੇਂ ਨੋਰਮਲ ਸੀਨਸ ਕਰ ਰਿਹਾ, ਤੂੰ ਇੰਨੀਆਂ ਫਿਲਮਾਂ ਕਰ ਲਈਆਂ, ਇੰਨਾ ਸਾਰਾ ਕੁਛ ਕਰ ਰਿਹਾ, ਤੁਹਾਨੂੰ ਦੇਖ ਨਹੀਂ ਰਿਹਾ, ਤੁਹਾਨੂੰ ਦੇਖਣਾ ਨਹੀਂ ਆਉਂਦਾ, ਤੁਸੀਂ ਟ੍ਰੇਲਰ ਨਹੀਂ ਦੇ ਸਕਦੇ, ਫਿਲਮ ਨਹੀਂ ਦੇ ਸਕਦੇ, 15 ਮਿੰਟ ਦਾ ਸੀਨ ਨਹੀਂ ਕੱਢ ਸਕਦੇ, ਡੂ ਯੋਰ ਹੋਮਵਰਕ ਐਂਡ ਕਮ। ਬਿਲਕੁਲ ਬਿਲਕੁਲ ਸਹੀ ਕਿਹਾ। ਤੁਹਾਨੂੰ ਉਹ ਆਦਤ ਹੈਗੀ ਆ ਜਿਹੜੀ ਮੋਸਟਲੀ ਲੋਕਾਂ ਨੂੰ ਹੁੰਦੀ ਆ, ਓਬਵੀਅਸਲੀ ਹੋਏਗੀ ਸ਼ਾਇਦ, ਵੀ ਚੀਜ਼ਾਂ ਕਲੈਕਟ ਕਰਨ ਦੀ ਆਦਤ ਹੈਗੀ ਹੈ ਕਿ ਨਹੀਂ? ਕਿਹੜੀ ਚੀਜ਼? ਕੋਈ ਵੀ ਚੀਜ਼, ਜਿਵੇਂ ਕਈਆਂ ਨੂੰ ਸਿੱਪੀਆਂ, ਜਦੋਂ ਆਪਾਂ ਬੀਚ ਤੇ ਜਾਂਦੇ ਹਾਂ ਸਿੱਪੀਆਂ ਜੀ ਨਹੀਂ ਕਲੈਕਟ ਕਰਦੇ, ਸੋ ਤੁਹਾਨੂੰ ਕੋਈ ਆਦਤ ਹੈਗੀ ਐਵੇਂ ਦੀ? ਹਾਂਜੀ, ਕੱਪੜੇ ਕਲੈਕਟ ਕਰਨ ਦੀ, ਰੀਲ ਵਾਇਰਲ ਹੋਈ ਸੀ ਕਿੱਦਾਂ ਵਾਲੀ, ਓਬਵੀਅਸਲੀ ਇਹਨਾਂ ਨੇ ਕਿਹਾ ਸੀ ਕਿ ਮੈਂ ਨੀ ਕੱਪੜੇ ਲੈਂਦੀ, ਮੈਨੂੰ ਜ਼ਿਆਦਾ ਪਿਓ ਨੀ, ਇਹਨਾਂ ਦੇ ਭਾਬੀ ਜੀ ਨੇ ਉਹਨਾਂ ਦੇ ਕੱਪੜੇ ਉਹ ਲੈ ਕੇ ਆਉਂਦੇ ਨੇ ਤੇ ਇਹਨਾਂ ਦੇ ਕੋਲ ਪਹੁੰਚ ਜਾਂਦੇ, ਉਹ ਖੁਦ ਕਹਿ ਦਿੰਦੇ ਨੇ ਤੁਸੀਂ ਲਓ ਪਾਓ, ਨਹੀਂ ਕਹਿੰਦੇ ਜੇ ਮੈਨੂੰ ਕੁਛ ਪਸੰਦ ਨਹੀਂ ਆਉਂਦਾ ਫੇਰ ਮੈਂ ਉਹਨਾਂ ਨੂੰ ਪੁੱਛ ਲੈਂਦੀ। ਨਹੀਂ ਨਹੀਂ, ਹੁਣੇ ਵੀ ਜਿਹੜੇ ਜਿਵੇਂ ਮੈਂ ਦੋ ਦਿਨ ਸੂਟ ਹੁਣੇ ਆਪ ਲਈ ਲਏ ਆ, ਉਹ ਮੈਂ ਉਹਦੇ ਸਾਈਜ਼ ਦੇ ਹਿਸਾਬ ਨਾਲ ਤੇ ਮੇਰੇ ਸਾਈਜ਼ ਦੇ ਹਿਸਾਬ ਨਾਲ ਤੇ ਮੰਮੀ ਦੇ ਹਿਸਾਬ ਨਾਲ ਲਏ ਕਿ ਮੈਂ ਹੁਣ ਪਾ ਲੂੰਗੀ, ਫਿਰ ਮੈਂ ਉਹਨਾਂ ਨੂੰ ਦੇ ਦੂੰਗੀ, ਫਿਰ ਉਹ ਇੱਕ ਇੱਕ ਥਾਂ ਤੇ ਪਾ ਲੈਣਗੇ, ਜਦੋਂ ਉਹ ਲੈਂਦੇ ਉਹ ਵੀ ਐਂ ਲੈਂਦੇ ਆ। ਵਾਹ, ਵੈਰੀ ਨਾਈਸ, ਸੱਜ ਜਾਂਦਾ ਹੈ ਨਾ, ਵੈਰੀ ਨਾਈਸ, ਹੈ ਨਾ। ਨਿਰਮਲ ਰਿਸ਼ੀ ਮੈਮ ਸਟੰਟ ਕਰ ਰਹੇ ਨੇ ਇਹਦੇ ਵਿੱਚ ਜੀ, ਹੈ ਨਾ, ਹਾਊ ਯੂ ਆਲ ਮੈਨੇਜ? ਛੋਟੇ ਆਲੇ ਭਾਵੇਂ ਛੱਡ ਦੋ, ਕਿ ਉਹ ਤਾਂ ਆਪਾਂ ਦੂਰੋਂ ਲੈਣੇ ਆ, ਇੱਕ ਸੀ ਜਿੱਥੇ ਉਹਨਾਂ ਨੇ ਪੇੜ ਤੇ ਲਟਕਣਾ ਹੈ ਨਾ, ਕਹਿੰਦੇ ਮੈਂ ਹੀ ਕਰੂੰ, ਉਹ ਆਪ ਲਟਕੇ ਆ। Okay. I cannot tell you, ਉਹ ਮਤਲਬ ਉਹਨਾਂ ਦੇ ਬਾਰੇ ਤਾਂ ਜਿੰਨੀ ਗੱਲ ਕਰੋ ਘੱਟ ਆ, ਹੈ ਨਾ, ਰੱਬ ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ, ਥੋਥੋ ਥੋ ਇੰਨੀਆਂ ਗੱਲਾਂ ਕਰ ਲਈਆਂ ਉਹਨਾਂ ਦੇ ਬਾਰੇ, ਪਰ ਮਤਲਬ ਉਹਨਾਂ ਦੀ ਉਹ ਆ ਕਿ ਬਰੇਵਰੀ ਹੀ ਆ ਕਹਿ ਲਓ, ਉਹਨਾਂ ਨੇ ਹਰ ਸਟੰਟ ਆਪ ਕੀਤਾ। ਉਹਨਾਂ ਦਾ ਇੱਕ ਸ਼ੋਟ ਆ ਜਿੱਥੇ ਉਹ ਬਨੇਰੇ ਤੇ ਚੱਲ ਰਹੇ ਆ ਇੱਕਦਮ ਕੋਨੇ ਤੇ, ਹੈ ਨਾ, ਜਦ ਉਹ ਸ਼ੋਟ ਮੈਂ ਵੀ ਕੀਤਾ, ਉਹ 'ਚ ਇੰਨਾ ਡਰ ਲੱਗਦਾ ਕਿਉਂਕਿ ਜਿਹੜਾ ਤੁਹਾਡਾ ਹਾਰਨੈਸ ਵੀ ਪਿਆ ਹੁੰਦਾ ਨਾ, ਉਹ ਸਪੋਰਟ ਹੁੰਦਾ ਕਿ ਤੁਸੀਂ ਥੱਲੇ ਨਾ ਡਿੱਗੋ, ਬਟ ਜੇ ਤੁਸੀਂ ਬਹੁਤ ਹਾਈਟ ਤੇ ਹੋ ਤਾਂ ਤੁਸੀਂ ਐਂ ਕਰਕੇ ਤੁਹਾਡਾ ਪੈਰ ਸਲਿਪ ਹੋ ਜਾਓ, ਤੁਹਾਡਾ ਦਿਲ ਮੂੰਹ ਜਾ ਜਾਂਦਾ, ਤੁਹਾਨੂੰ ਲੱਗਦਾ ਕੀ ਹੋਇਆ ਕੀ ਹੋਇਆ ਕੀ ਹੋਇਆ। ਉਹ ਇੰਨੇ ਪਤਲੇ ਜਿਹੇ ਬਨੇਰੇ ਤੇ ਚੱਲਿਆ, ਜਿਹੜੇ ਟ੍ਰੇਲਰ ਤੇ ਸ਼ੋਟ ਆ ਉਹ ਆਪ ਚੱਲਿਆ, ਤੇ ਪਤਾ ਨੀ ਕਿੰਨੀ ਵਾਰ ਉਹਨੂੰ ਜਾ ਕੇ ਕਿਹਾ ਮੈਂ ਕਿ ਤੁਸੀਂ ਠੀਕ ਹੋ, ਤੁਹਾਨੂੰ ਠੀਕ ਲੱਗ ਰਿਹਾ? ਕਹਿੰਦੇ ਹਾਂ। ਮੈਂ ਕਿਹਾ ਕਮਾਲ ਹੀ ਹੋ ਗਈ ਤੁਹਾਡੀ, ਉਹਨਾਂ ਨੇ ਬਹੁਤ ਸਟੰਟ ਕੀਤੇ ਇਸ ਫਿਲਮ 'ਚ ਆਪ। ਵੈਰੀ ਨਾਈਸ, ਤੁਹਾਨੂੰ ਮੱਖੀ ਬਣ ਕੇ ਚੰਗਾ ਲੱਗਾ? ਬਹੁਤ ਵਧੀਆ ਲੱਗਿਆ ਜੀ, ਕਿਸੇ ਵੀ ਥਾਂ ਤੇ ਆ ਲੱਗਿਆ ਕਿ ਆ ਹੋਰਰ ਫਿਲਮ ਆ ਜਾਂ ਤੁਹਾਨੂੰ ਡਰਾਊਗੀ, ਤੁਸੀਂ ਬਿਲਕੁਲ ਗਲਤ ਹੋ, ਕਿਉਂਕਿ ਆ ਬਹੁਤ ਨਲਾਇਕ ਚੁੜੈਲਾ, ਆ ਡਰਾ ਨਹੀਂ ਪਾਈ ਕਿਸੇ ਨੂੰ ਵੀ, ਮਜ਼ਾਕ ਕਰ ਰਹੀ ਹਾਂ ਜੀ। ਇਹ ਤਾਂ ਕਾਮੇਡੀ ਫਿਲਮ ਤੇ ਇਹੋ ਜਿਹੀ ਫਿਲਮ ਆ ਜਿਹੜੀ ਬੱਚਿਆਂ ਨੂੰ ਬਹੁਤ ਬਹੁਤ ਪਸੰਦ ਆਊਗੀ, ਤੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ, ਕਿਉਂਕਿ ਪਹਿਲੀ ਵਾਰ ਸਾਡੀ ਇੰਡਸਟਰੀ 'ਚ ਇਹੋ ਜਿਹੀ ਇੱਕ ਫਿਜ਼ੀਕਲ ਕਾਮੇਡੀ ਜਿਹਨੂੰ ਕਹਿੰਦੇ ਆ ਰਹੀ ਹੈ, ਤੇ ਬਹੁਤ ਸਾਰਾ ਮੈਜਿਕ ਦੇਖਣ ਨੂੰ ਮਿਲੂਗਾ। ਤੁਹਾਨੂੰ ਮਿਲਦੇ ਹਾਂ ਥੀਏਟਰ 'ਚ 15 ਮਾਰਚ ਨੂੰ। ਸਾਡੀ ਫਿਲਮ ਆ ਰਹੀ ਹੈ ਜੀ 15 ਮਾਰਚ ਨੂੰ, ਜੱਟ ਨੂੰ ਚੜੇਲ ਤੇ ਕਰੀ, ਬਹੁਤ ਫਨ ਫਿਲਮ ਆ ਐਂਡ ਸੱਚੀ ਹੋਰਰ ਫਿਲਮ ਨਹੀਂ ਹੈਗੀ। ਇਹ ਚੜੇਲ ਐਕਚੁਅਲੀ ਗਿੱਧਾ ਪਾਉਂਦੀ ਆ, ਨੱਚਦੀ ਆ, ਇਹ ਬਹੁਤ ਫਨ ਚੜੇਲ ਆ, ਬਾਕੀ ਸਾਨੂੰ ਤੰਗ ਵੀ ਕਰਦੀ ਆ ਪਰ ਉਹ ਵੀ ਫਨ ਦੇ ਵਿੱਚ ਹੀ ਤੰਗ ਕਰਦੀ ਆ। ਤੇ ਪਲੀਜ਼ ਤੁਸੀਂ ਦੇਖਣ ਜਾਇਓ, ਜਵਾਕਾਂ ਨਾਲ ਜਾਇਓ, ਸਾਰੀ ਫੈਮਿਲੀ ਨੂੰ ਲੈ ਕੇ ਜਾਇਓ ਜੀ, ਤੁਹਾਨੂੰ ਬਹੁਤ ਪਸੰਦ ਆਊਗੀ ਫਿਲਮ। ਸੋ 15 ਮਾਰਚ ਨੂੰ ਥੀਏਟਰ ਦੇ ਵਿੱਚ ਜਾ ਕੇ ਜ਼ਰੂਰ ਦੇਖਣੀ ਆ ਜੱਟ ਨੂੰ ਚੜੇਲ ਟੱਕਰੀ।